ਧੁੰਦ ਕਾਰਨ ਆਪਸ 'ਚ ਟਕਰਾ ਗਈਆਂ ਅੱਧਾ ਦਰਜਨ ਤੋਂ ਵੱਧ ਗੱਡੀਆਂ। ਨੈਸ਼ਨਲ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ, ਮੌਕੇ ਤੇ 7 ਲੋਕ ਹੋਏ ਜ਼ਖਮੀ। ਦੱਸਦੇ ਕਿ ਠੰਡ ਕਾਰਨ ਜਿੱਥੇ ਧੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਉੱਥੇ ਹੀ ਸੜਕ ਤੇ ਧੁੰਦ ਕਾਰਨ ਹੋਣ ਵਾਲੇ ਹਾਦਸੇ ਵੀ ਸ਼ੁਰੂ ਹੋ ਗਏ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਵਾਪਰਿਆ, ਜਿਸ ਦੇ ਵਿੱਚ ਅੱਧਾ ਦਰਜਨ ਤੋਂ ਵੱਧ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਨੇ। ਧੁੰਦ ਕਾਰਨ ਸੜਕਾਂ ਤੇ ਵਿਜ਼ੀਬਿਲਟੀ ਘਟ ਜਾਂਦੀ ਹੈ, ਜਿਸ ਦੇ ਕਾਰਨ ਅੱਗੇ ਜਾ ਰਹੇ ਵਾਹਨ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਇਹ ਭਿਆਨਕ ਹਾਦਸੇ ਵਾਪਰ ਜਾਂਦੇ ਨੇ। ਤੇ ਇਸ ਵੱਡੇ ਹਾਦਸੇ ਦੇ ਵਿੱਚ 7 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਸ ਜਗ੍ਹਾ ਤੇ ਕਈ ਹਾਦਸੇ ਹੋ ਚੁੱਕੇ ਨੇ ਤੇ ਹੁਣ ਵੀ ਇਹ ਵੱਡਾ ਹਾਦਸਾ ਵਾਪਰਿਆ, ਜਿਸ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਦੇਸ਼ ਦੇ ਵਿੱਚ ਵਧੀਆ ਸੜਕਾਂ ਤਾਂ ਬਣ ਰਹੀਆਂ ਨੇ, ਪਰ ਉਹਨਾਂ ਦੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਵਿੱਚ ਸਰਕਾਰ ਨਾਕਾਮ ਨਜ਼ਰ ਆ ਰਹੀ ਹੈ। ਪਰ ਬਚਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਦਸੇ ਦੇ ਵਿੱਚ ਮਾਲੀ ਨੁਕਸਾਨ ਕਾਫੀ ਹੋ ਗਿਆ, ਕਿਉਂਕਿ ਵੇਖ ਸਕਦੇ ਹੋ ਕਾਰਾਂ ਦਾ ਕਾਫੀ ਨੁਕਸਾਨ ਹੋਇਆ, ਕਈ ਕਾਰਾਂ ਦੇ ਤਾਂ ਹਿੱਸੇ ਵੀ ਅਲੱਗ ਹੋ ਗਏ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਦਿੱਲੀ ਮੁੰਬਈ ਨੈਸ਼ਨਲ ਹਾਈਵੇ ਹੈ, ਜਿੱਥੇ ਵੱਡਾ ਹਾਦਸਾ ਵਾਪਰਿਆ, ਜਿੱਥੇ ਅੱਧਾ ਦਰਜਨ ਤੋਂ ਵੱਧ ਵਾਹਨ ਨੇ ਆਪਸ ਦੇ ਵਿੱਚ ਟਕਰਾ ਜਾਂਦੇ ਨੇ, ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਦਾ ਹੈ, ਤੇ 7 ਤੋਂ ਵੱਧ ਲੋਕ ਇਸ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਸਰ ਕੰਮ ਤੇ ਜਾ ਰਹੇ ਥੇ? ਜੀ, ਕਹਾਂ ਸੇ ਕਹਾਂ? ਦਿੱਲੀ ਸੇ ਜਾ ਰਹੇ ਥੇ ਅਹਿਮਦਾਬਾਦ। ਜੀ ਜੀ ਸਰ, ਕੌਨ ਸੀ ਗਾੜੀ ਮੇ ਆਪ ਬੈਠੇ ਥੇ, ਕਿਸ ਤਰ੍ਹਾਂ ਸੇ ਘਟਨਾ ਘਟੀ? ਜੀ ਵਾਲੀ ਗਾੜੀ ਹੈ ਸਰ, ਇਹ ਟੂਰਿਸਟ। ਜੀ ਸਰ, घटना किस तरह से घटी थी? सर नींद में थे हम लोग, तो सुबह का टाइम था। कितनी गाड़ियां, क्या मंजर था जब आप होश आए? आप होश आया सर, उतरने के बाद गाड़ियां आपस में टकरा रही हैं, कोहरा बहुत ज्यादा था, समझ में नहीं आया उस समय, तो जो है सब चल को हंगामा करने लगे, फिर अपना कैसे भी करके उतर के नीचे आए, यही सब घटना हुई है सर। क्या वजह है, ये टर्न मोड़ की वजह से हादसा हुआ? जी सर जी, यहाँ कोई डंपर खड़ा था, दो तीन गाड़ी टकराने के बाद फिर लेके निकल गया वो, उसी चक्कर में हुआ ये। कितने घायल हुए, कितनी गाड़ियां भिड़ी हैं? गाड़ी घायल तो हैं, दो आदमी तो गए हैं जी हॉस्पिटल। सीरियस है? ज्यादा नहीं, मतलब वैसे गुम चोट लग गई अंदर से, टूटे फूटे तो क्या है तो वही पता लगेगा, बाकी जो हल्की फुल्की चोट लगी है। आसपास की बात है, नीरज नाम है, 7:30 के आसपास की बात है, डंपर खड़ा था बीच रास्ते में, उससे गाड़ी टकराई है हमारी। किधर से आप आ रहे थे? हम दिल्ली से आ रहे थे, अहमदाबाद जा रहे थे। कौन सी गाड़ी थी आपकी? कंप्यूटर ट्रेवल। तो किस तरह से अचानक सामने खड़ा था या सामने आ गया था? सामने खड़ा था, टर्न मार रहा था वो, उनने खड़ा ही कर दिया था बीच में। कितनी गाड़ियां आपस में भिड़ी हैं? 7-8 गाड़ी होगी। क्या किसी के चोटें आई हैं? हाँ जी, चोटें आई है, 7-8 आदमी की आई है। सीरियस भी है? सीरियस 2 है। कितनी गाड़ियां डैमेज हुई हैं? वही 7-8 गाड़ी डैमेज हुई है। जिस तरह से अब घायल कहाँ है? 2 हॉस्पिटल गए हैं, बाकी हम थोड़े थोड़े इंजेक्ट है। यहाँ पर ज्यादा कोहलते, और यहाँ पर एक आध टेलर बताया, उसमें ये एम्बुलेंस ठुकी थी और वो टेलर भी साइड में भग गया था।